ਕਸ਼ਮੀਰ ਦੇ ਹਵਾਲੇ ਨਾਲ ਮੈਂ ਕੀ ਗੱਲ ਕਰਾਂ, ਕਸ਼ਮੀਰ ਤਾਂ ਸਾਡੇ ਦਿਲ 'ਤੇ ਧੜਕਦਾ। ਔਰ ਮੇਰੇ ਦਾਦਾ ਹਜ਼ੂਰ ਹਬੀਬੁੱਲਾ ਸ਼ਾਹ ਨੇ ਅੱਜ ਤੋਂ 30-35 ਸਾਲ ਪਹਿਲਾਂ ਦਰਦੇ ਕਸ਼ਮੀਰ ਕਿਤਾਬ ਲਿਖੀ ਪੂਰੀ ਸ਼ਾਇਰੀ ਦੇ ਵਿੱਚ, ਅਤੇ ਯਾਨੀ ਸਾਡੀ ਨਸਲ ਦਰ ਨਸਲ ਤੁਸੀਂ ਸਮਝ ਰਹੇ ਹੋ ਕਿ ਸਾਡੇ ਖੂਨ ਵਿੱਚ ਸ਼ਾਮਿਲ ਹੈ। ਤੁਸੀਂ ਬਤਾ ਕਿ ਤੁਝੇ ਕਿਸ ਤਰ੍ਹਾਂ ਜੁਦਾ ਕਰਤੇ, ਲਹੂ ਕੇ ਸਾਥ ਰਗੋ ਪੈ ਮੈਂ ਦੌੜਨੇ ਵਾਲੇ, ਤੁਸੀਂ ਬਤਾ ਕਿ ਤੁਝੇ ਕਿਸ ਤਰ੍ਹਾਂ ਜੁਦਾ ਕਰਤੇ। ਅਤੇ ਕਸ਼ਮੀਰ ਜਿਹੜਾ ਹੈ ਉਹ ਸਾਡਾ ਯਾਨੀ ਪਾਕਿਸਤਾਨ ਦਾ ਸਾਰੀ ਮਸਲਾ ਹੈ, ਸਾਡੀ ਸ਼ਹਿਰਗ ਹੈ, ਕਾਇਦ ਆਜ਼ਮ ਨੇ ਵੀ ਇਹੀ ਕਿਹਾ। ਔਰ ਜੋ ਇੰਟਰਨੈਸ਼ਨਲ ਜੋ ਸੂਰਤ ਹਾਲ ਚੱਲ ਰਹੀ ਹੈ, ਜਿਹਦੇ 'ਚ ਮੋਦੀ ਨੇ ਇੱਕ ਬਹੁਤ ਗਲਤ ਫੈਸਲਾ ਕੀਤਾ ਔਰ ਕਸ਼ਮੀਰ ਨੂੰ ਉਹਨੇ ਬਕਾਇਦਾ ਯਾਨੀ ਤਮਾਮ ਕਸ਼ਮੀਰੀਆਂ ਨੂੰ ਅਸੀਰ ਕਰ ਲਿਆ ਔਰ ਇੱਕ ਖਾਸ ਯਾਨੀ ਤਰੀਕੇ ਨਾਲ, ਅਤੇ ਅਸੀਂ ਤਾਂ ਕਸ਼ਮੀਰ ਦੇ ਨਾਲ ਜਦੋਂ ਵੀ ਮੌਕਾ ਮਿਲੇ, ਸਾਡੇ ਅੰਦਰ ਜਜ਼ਬੇ ਨੇ, ਸਾਡੇ ਜਜ਼ਬੇ ਜਵਾਨ ਨੇ ਇਸ ਹਵਾਲੇ ਨਾਲ,